ਈਵਨ ਪੰਜਾਬੀ ਨਿਡਰ ਨਿਰਪੱਖ ਤੇ ਨਵੀਂ ਸੋਚ ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹਾਂ ਕਰੰਟ ਇਸ਼ੂ ਲਈ ਚੱਲਦੇ ਹਾਂ ਗੁਰਦਾਸਪੁਰ ਔਰ ਵੋਟਰਾਂ ਵੱਲੋਂ ਕੁਛ ਇੱਕ ਵੋਟਰਾਂ ਵੱਲੋਂ ਇਲਜ਼ਾਮ ਲਾਏ ਜਾ ਰਹੇ ਨੇ ਕਿ ਲਿਸਟ ਦੇ ਵਿੱਚੋਂ ਸਾਡੇ ਨਾਮ ਕੱਟੇ ਹੋਏ ਨੇ ਕਿੱਥੇ ਕਿਹੜਾ ਪਿੰਡ ਹੈ ਗੁਰਦਾਸਪੁਰ ਦਾ ਪੂਰੀ ਜਾਣਕਾਰੀ ਦੇਣ ਵਾਸਤੇ ਸੁਖਦੇਵ ਰੰਧਾਵਾ ਜੀ ਸਾਡੇ ਨਾਲ ਜੁੜ ਚੁੱਕੇ ਨੇ ਉਹਨਾਂ ਤੋਂ ਲੈਂਦੇ ਅਪਡੇਟ ਰੰਧਾਵਾ ਜੀ ਇਸ ਖਬਰ ਨੂੰ ਲੈ ਕੇ ਕੀ ਜਾਣਕਾਰੀ ਹੈ ਸਰ ਜੀ ਪਹਿਲਾਂ ਵੀ ਦੱਸਿਆ ਜਾ ਰਿਹਾ ਸੀ ਕਿ ਸਿਵਲ ਪ੍ਰਸ਼ਾਸਨ ਵੱਲੋਂ ਬਹੁਤ ਨਾਕਾਮੀਆਂ ਜਿਹੜੀਆਂ ਉਹ ਸਾਹਮਣੇ ਪੇਸ਼ ਆ ਰਹੀਆਂ ਸੀ ਜੀ ਤੇ ਹੁਣ ਇਸ ਨੂੰ ਲੈ ਕੇ ਅੱਜ ਜਦੋਂ ਵੋਟਾਂ ਦੀ ਪ੍ਰਕਿਰਿਆ ਚੋਣ ਪ੍ਰਕਿਰਿਆ ਜਿਹੜੀ ਚੱਲ ਰਹੀ ਸੀ ਅੱਜ ਉਹਨੂੰ ਮੁਕੰਮਲ ਹੋਣ ਜਾ ਰਹੀ ਆ ਤਾਂ ਵੋਟਾਂ ਜਿਹੜੀਆਂ ਨੇ ਉਹ ਪੈ ਰਹੀਆਂ ਨੇ ਆਪਣਾ ਲੋਕ ਜਿਹੜੇ ਜਮਹੂਰੀ ਹੱਕ ਜਿਹੜਾ ਵਾ ਹਕੂਕ ਆ ਉਹ ਆਪਣੇ ਲਾਈਨਾਂ 'ਚ ਖੜਾ ਹੋ ਕੇ ਇਸਤੇਮਾਲ ਕਰ ਰਹੇ ਆ ਜਦੋਂ ਹੀ ਲਾਈਨਾਂ ਦੇ ਵਿੱਚ ਹਕੂਕ ਆਪਣਾ ਇਸਤੇਮਾਲ ਕਰਦੇ ਹੋਏ ਏਜੰਟਾਂ ਦੇ ਪਾਸ ਪਹੁੰਚਦੇ ਆ ਉੱਥੇ ਪਤਾ ਲੱਗਦਾ ਕਿ ਉਸ ਦੀ ਤਾਂ ਵੋਟ ਹੀ ਹੈ ਨਹੀਂ ਤਾਂ ਉਹ ਨਿਰਾਸ਼ ਹੋ ਕੇ ਪਰਤਦੇ ਆ ਤੇ ਇੱਥੋਂ ਇਹ ਪਤਾ ਲੱਗਦਾ ਵੀ ਕਿਤੇ ਸਿਵਲ ਪ੍ਰਸ਼ਾਸਨ ਦੀ ਨਾਕਾਮੀ ਜਿਹੜੀ ਉਹ ਸਾਹਮਣੇ ਆਈ ਹੈ ਜੀ ਸਹੂਲਤ ਜੀ ਪਰ ਰੰਧਾਵਾ ਜੀ ਸਿਵਲ ਪ੍ਰਸ਼ਾਸਨ ਦੇ ਕੁਛ ਆਫੀਸਰਾਂ ਨਾਲ ਗੱਲ ਕਰਨੀ ਸੀ ਵੀ ਆਹ ਕੀ ਕਰ ਦਿੱਤਾ ਤੁਸੀਂ ਹਾਂ ਜਦੋਂ ADC ਨਾਲ ਗੱਲ ਕੀਤੀ ਗਈ ਆ ਉਹਨਾਂ ਆਖਿਆ ਵੀ ਅਸੀਂ SDM ਦੀ ਜਾਂ BDO ਦੀ ਡਿਊਟੀ ਲਗਾ ਦਿੱਤੀ ਗਈ ਆ ਪਰ ਜਦੋਂ ਵੀ ਅਸੀਂ ਗਰਾਊਂਡ ਜ਼ੀਰੋ ਤੋਂ ਪਤਾ ਕੀਤਾ ਅਜੇ ਤੱਕ ਵੀ ਕਿਸੇ ਦੇ ਆਉਣ ਦੀ ਕੋਈ ਖਬਰ ਨਹੀਂ ਤੇ ਅਸੀਂ ਖੁਦ ਉੱਥੇ ਜਾ ਕੇ ਉਸ ਜਿਸ ਤਰ੍ਹਾਂ ਮੈਂ ਦੱਸ ਦਿੰਦਾ ਅਲੀਵਾਲ ਅਰਾਈਆਂ 100 ਨੰਬਰ ਬੂਥ ਹੈ 101 ਨੰਬਰ ਬੂਥ ਹੈ ਇਸੇ ਤਰ੍ਹਾਂ ਹੀ ਸਾਰ ਚੂਰ ਦੇ ਲੋਕ ਜਿਹੜੇ ਆ ਤੇ ਉਹ 90 ਨੰਬਰ ਤੇ 99 ਨੰਬਰ ਬੂਥ ਦੇ ਜਿਹੜੇ ਆ ਉਹਨਾਂ ਨੇ ਇਹ ਸਿਵਲ ਪ੍ਰਸ਼ਾਸਨ ਦੇ ਖਿਲਾਫ ਨਾਅਰੇਬਾਜ਼ੀ ਜਿਹੜੀ ਕਰਕੇ ਆਪਣਾ ਰੋਸ ਜ਼ਾਹਰ ਕੀਤਾ ਕਿ ਸਾਡੀ ਫੋਟੋ ਕਿਸੇ ਹੋਰ ਦੀ ਹੈ ਤੇ ਨਾ ਕਿਸੇ ਹੋਰ ਦਾ ਵਾ ਤੇ ਜਦੋਂ ਕਿ ਅਸੀਂ ਪਿਛਲੀ ਵਾਰ ਵੀ ਵੋਟਾਂ ਪਾਈਆਂ ਸੀ ਅਸੀਂ ਜਦੋਂ ਤਾਂ ਵੋਟਾਂ ਬਣਦੀਆਂ ਰਹੀਆਂ ਉਦੋਂ ਤੋਂ ਲੈ ਕੇ ਅੱਜ ਤੱਕ ਵੀ ਵੋਟਾਂ ਜਿਹੜੀਆਂ ਵੋਟਾਂ ਦਾ ਭੁਗਤਾਨ ਆ ਉਹ ਕਰਦੇ ਰਹੇ ਹਾਂ ਅਸੀਂ ਜਮਹੂਰੀਅਤ ਦਾ ਹੱਕ ਜਿਹੜਾ ਇਸਤੇਮਾਲ ਕਰਦਾ ਪਰ ਅੱਜ ਸਾਨੂੰ ਉਸ ਵਕਤ ਨਿਰਾਸ਼ਾ ਹੋ ਰਹੀ ਹੈ ਕਿ ਜਦੋਂ ਅਸੀਂ ਬੂਥ ਤੱਕ ਜਾ ਕੇ ਜਦੋਂ ਪੋਲਿੰਗ ਬੂਥ ਦੇ ਅੰਦਰ ਜਾਂਦੇ ਹਾਂ ਤੇ ਸਾਫ਼ ਪਤਾ ਲੱਗਦਾ ਵਾ ਤੇ ਏਜੰਟ ਦੱਸ ਦਿੰਦਾ ਵਾ ਜਾਂ ਪ੍ਰੈਜ਼ਾਈਡਿੰਗ ਅਫਸਰ ਦੱਸ ਦਿੰਦਾ ਹੈ ਕਿ ਤੁਹਾਡੀ ਵੋਟ ਤਾਂ ਹੈ ਨਹੀਂ ਉਸ ਕਰਕੇ ਸਾਨੂੰ ਜਿਹੜਾ ਵਾ ਉਸ ਸਿਵਲ ਪ੍ਰਸ਼ਾਸਨ ਜਿਹੜਾ ਵਾ ਇੱਥੇ ਜਿਹੜਾ ਬਿਲਕੁਲ ਨਕਾਮ ਪਰ ਰੰਧਾਵਾ ਸਾਹਿਬ ਜੇ ਆਪਾਂ ਸਿਵਲ ਪ੍ਰਸ਼ਾਸਨ ਦੀ ਗੱਲ ਕਰੀਏ ਤੇ ਕੋਈ ਪਹਿਚਾਣ ਪੱਤਰ ਦੇਖ ਕੇ ਵੀ ਤਾਂ ਵੋਟ ਪਾਉਣ ਦਾ ਅਧਿਕਾਰ ਦੇ ਸਕਦੇ ਆ ਪਰਮਿਸ਼ਨ ਦੇ ਸਕਦਾ ਪ੍ਰਸ਼ਾਸਨ ਪ੍ਰਸ਼ਾਸਨ ਜਿਹੜੇ ਵੋਟਰ ਹੈ ਉਹ ਆਪਣਾ ਆਈਡੈਂਟੀ ਪਰੂਫ ਨਾਲ ਲੈ ਕੇ ਜਾ ਰਹੇ ਆ ਆਧਾਰ ਕਾਰਡ ਲੈ ਕੇ ਜਾ ਰਹੇ ਆ ਵੋਟਰ ਕਾਰਡ ਲਾ ਕੇ ਜਾ ਰਹੇ ਆ ਪਰ ਉਹ ਜਦੋਂ ਉਸ ਲਿਸਟ ਦੇ ਵਿੱਚ ਨਾਂ ਨਹੀਂ ਦਿਸਦਾ ਤਾਂ ਉਹ ਉਹਨਾਂ ਨੂੰ ਵੋਟ ਦਾ ਇਸਤੇਮਾਲ ਕਰਨ ਦਾ ਅਧਿਕਾਰ ਜਿਹੜਾ ਵਾ ਉਹ ਉਹਨਾਂ ਕੋਲ ਖੋ ਲਿਆ ਜਾਂਦਾ ਜੀ ਸਹੂਲਤਾਂ ਜੀ ਜੀ ਹਾਂ ਮੈਂ ਜੀ ਸਾਰਸੂ ਤੋਂ ਕਰਮਜੀਤ ਸਿੰਘ ਬਾਜਵਾ ਸਰਪੰਚੀ ਦਾ ਕੈਂਡੀਡੇਟ ਚੋਣ ਲੜ ਰਿਹਾ ਜੀ ਮੇਰੇ ਦੂਸਰਾ ਵਿਰੋਧੀ ਆ ਜਿਹੜਾ ਪਰਮਜੀਤ ਸਿੰਘ ਉਹਨਾਂ ਨੇ ਕੁਝ ਮਿਲੀ ਭੁਗਤ ਕਰਕੇ ਜੀ ਇੱਥੋਂ ਸਾਡੇ ਪਿੰਡੋਂ ਜਿਹੜੀਆਂ ਨੇ ਨਾ ਸਾਡੇ ਲਿਸਟ ਦੇ ਵਿੱਚੋਂ ਵੋਟਾਂ ਕਟਾਈਆਂ ਗਈਆਂ ਜੀ ਜਿਹੜੀਆਂ ਕਿ ਮੇਰੇ ਸਪੋਰਟਰਾਂ ਦੀਆਂ ਜਿਹੜੀਆਂ ਮੇਰੀਆਂ ਵੋਟਾਂ ਨੇ ਉਹ ਬਹੁਤ ਵੱਡੀ ਪੱਧਰ 'ਤੇ ਕੱਟੀਆਂ ਗਈਆਂ ਨੇ ਮੈਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਹ ਦੁਬਾਰਾ ਇਲੈਕਸ਼ਨ ਹੋਣੀ ਚਾਹੀਦੀ ਆ ਅਤੇ ਇਹਨਾਂ 'ਤੇ ਕੋਈ ਪਰਚਾ ਕੀਤਾ ਜਾਣਾ ਚਾਹੀਦਾ ਪਰ ਅਜੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋਈ ਮੈਂ DC ਸਾਹਿਬ ਨੂੰ ADC ਸਾਹਿਬ ਨੂੰ ਫੋਨ ਕੀਤਾ ਆ SDM ਸਾਹਿਬ ਨੂੰ ਬਹੁਤ ਵਾਰੀ ਫੋਨ ਕੀਤਾ BDO ਸਾਹਿਬ ਨੂੰ ਫੋਨ ਕੀਤਾ ਪਰ ਅਜੇ ਤੱਕ ਮੇਰੀ ਕੋਈ ਇਹਨਾਂ ਨੇ ਸੁਣਵਾਈ ਨਹੀਂ ਕੀਤੀ ਇਸ ਕਰਕੇ ਅਸੀਂ ਜੀ ਪ੍ਰਸ਼ਾਸਨ ਤੋਂ ਬਹੁਤ ਦੁਖੀ ਹਾਂ ਇਹ ਚੋਣਾਂ ਰੱਦ ਹੋਣੀਆਂ ਚਾਹੀਦੀਆਂ ਦੁਬਾਰਾ ਇਲੈਕਸ਼ਨ ਹੋਣੀ ਚਾਹੀਦੀ ਹੈ ਕਿੰਨਾ ਵੱਡਾ ਧੱਕਾ ਕਿੰਨੀ ਬੇਇਨਸਾਫੀ ਸੋ ਬਹੁਤ ਬਹੁਤ ਮਿਹਰਬਾਨੀ ਰੰਧਾਵਾ ਸਾਹਿਬ ਇਹ ਅਪਡੇਟ ਦੇ ਰਹੇ ਸਨ ਕਿ ਕੁਛ ਇੱਕ ਲੋਕਾਂ ਵੱਲੋਂ ਕੁਛ ਇੱਕ ਪਿੰਡਾਂ ਵੱਲੋਂ ਇਲਜ਼ਾਮ ਲਾਏ ਜਾ ਰਹੇ ਨੇ ਕਿ ਸਾਡਾ ਵੋਟਰ ਲਿਸਟ ਦੇ ਵਿੱਚ ਨਾਮ ਨਹੀਂ ਹੈ ਜਿਸ ਕਰਕੇ ਉਹਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹਾਲਾਂਕਿ ਪ੍ਰਸ਼ਾਸਨ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮਤਲਬ ਕੋਈ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ ਪਰ ਜਦੋਂ ਤੱਕ ਨਹੀਂ ਹੁੰਦੀ ਉਹਨਾਂ ਦੇ ਚਿਹਰੇ 'ਤੇ ਪਰੇਸ਼ਾਨੀ ਜਿਹੜੀ ਸਾਫ਼ ਸਾਫ਼ ਨਜ਼ਰ ਆਉਂਦੀ ਹੈ ਇਹ ਸੀ ਹੁਣ ਤੱਕ ਦੀ ਅਪਡੇਟ ਬਾਕੀ ਅਪਡੇਟ ਜਿਵੇਂ ਆਉਣਗੇ ਅਸੀਂ ਲੈ ਕੇ ਰੂਬਰੂ ਹੁੰਦੇ ਰਹਾਂਗੇ ਤੁਸੀਂ ਜੁੜੇ ਰਹੋ ਈਵਨ ਪੰਜਾਬੀ TV ਦੇ ਨਾਲ ਫੋਰ ਨਿਊ ਅਪਡੇਟਸ ਪਲੀਜ਼ ਸਬਸਕ੍ਰਾਈਬ A1 ਨਿਊਜ਼ ਐਂਡ ਕਲਿੱਕ ਦ ਬੈਲ ਆਈਕਨ